ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ 9 ਨਵੰਬਰ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਰਾਹੀਂ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੋਇਆ। ਪਰ ਕੋਰੀਡੋਰ ਦੇ ਉਦਘਾਟਨ ਸਮੇਂ ਸਭ ਤੋਂ ਵੱਧ ਚਰਚਾ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਸਨ, ਕਿਉਂਕਿ ਸਭ ਤੋਂ ਵੱਡਾ ਸਿਰ ਇਹਨਾਂ ਦੋਵਾਂ ਅੱਗੋਂ ਨੂੰ ਦਿੱਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਇਹਨਾਂ ਦੋਵਾਂ ਦੀ ਦੋਸਤੀ ਕਰਕੇ ਲਾਂਘਾ ਬਣ ਸਕਿਆ, ਜਿਸ ਨੂੰ ਲੈ ਕੇ ਪੰਜਾਬ ਦੇ ਸੁਪਰਸਟਾਰ ਗਾਇਕ ਬੱਬੂ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਬੱਬੂ ਮਾਨ ਦਾ ਕਹਿਣਾ ਕਿ ਇਹਨਾਂ ਦੀ ਦੋਸਤੀ ਦੇ ਨਾਲ ਜੋ ਕੁਝ ਵੀ ਹੋਇਆ ਬਹੁਤ ਚੰਗਾ ਹੋਇਆ। ਬੱਬੂ ਮਾਨ ਨੇ ਇਹ ਵੀ ਆਖਿਆ ਕਿ ਦੋਵਾਂ ਦੇਸ਼ਾਂ ਦੇ ਲੋਕ ਤਾਂ ਇਕੱਠੇ ਹੋਣਾ ਚਾਹੁੰਦੇ ਨੇ, ਪਰ ਕੁਝ ਲੋਕਾਂ ਦੀ ਈਗੋ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦੀ। ਇੱਥੇ ਕੀ ਬਿਆਨ ਦਿੱਤਾ ਬੱਬੂ ਮਾਨ ਨੇ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਬਾਰੇ, ਤੁਸੀਂ ਖੁਦ ਹੀ ਦੇਖ ਲਓ। ਦੇਖੋ, ਸਰਹੱਦ 'ਤੇ ਕਿਸੇ ਮਾਂ ਦਾ ਪੁੱਤ ਨਾ ਜਾਵੇ, ਔਰ ਮੈਨੂੰ ਲੱਗਦਾ ਕਿਸੇ ਵੀ ਸਰਹੱਦ 'ਤੇ ਲੋੜ ਹੀ ਨਾ ਪਵੇ ਰਾਖੀ ਦੀ, ਔਰ ਲੋਕ ਪਿਆਰ ਹੀ ਕਰਦੇ ਆ। ਇਹ ਚੰਦ ਬੰਦਿਆਂ ਦੀ ਈਗੋ ਹੁੰਦੀ ਹੈ, ਔਰ ਆਮ ਤੁਸੀਂ ਦੇਖੋ ਤੁਸੀਂ ਵੀ ਸਮਰਥਨ ਕਰਦੇ ਆ, ਜਿਹੜੇ ਹੱਦ ਤੋਂ ਪਾਰ ਉਹ ਵੀ ਸਮਰਥਨ ਕਰਦੇ ਆ, ਤਾਂ ਲੋਕ ਤਾਂ ਪਿਆਰ ਹੀ ਕਰਦੇ ਆ। ਇਹ ਤਾਂ ਸਾਨੂੰ ਲੀਡ ਕਰਨ ਵਾਲਿਆਂ ਦੀ ਡਿਊਟੀ ਬਣਦੀ ਹੈ ਕਿ ਲੜਾਈਆਂ ਲੜੂਈਆਂ ਇਹ ਸਦੀ ਹੈ ਨਹੀਂ, ਇਹ ਪਿਆਰ ਦੀ ਸਦੀ ਹੈ। ਪਿਆਰ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ। ਨਵਜੋਤ ਸਿੱਧੂ ਅਤੇ ਇਮਰਾਨ ਖਾਨ ਨੇ ਦੋਸਤੀ ਦੇ ਨਾਲ ਜਿਹੜਾ ਲਾਂਘਾ ਇੱਕ ਖੋਲ੍ਹ ਤਾ, ਜਿਹੜਾ ਇੰਨੇ ਸਾਲਾਂ ਦੇ ਵਿੱਚ ਨਹੀਂ ਖੁੱਲ੍ਹ ਸਕਿਆ ਸੀ, ਕਿੱਦਾਂ ਦੋਸਤੀ ਬੜੀ ਬੁਲੰਦ ਚੀਜ਼ ਹੁੰਦੀ ਹੈ। ਜਦੋਂ ਕਿਤੇ ਰੂਹ ਮਿਲ ਜਾਏ ਤਾਂ ਕਈ ਵੱਡੇ ਕੰਮ ਹੋ ਜਾਂਦੇ ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।